ਦੱਸੋ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਹੈਲਥ ਪਲੱਸ ਦੇ ਵਿੱਚ। ਥੈਂਕ ਯੂ। ਡਾਕਟਰ ਸਾਹਿਬ ਦੱਸੋ ਹੁਣ ਤੱਕ ਕਿੰਨੇ ਪੇਸ਼ੈਂਟ ਤੁਸੀਂ ਕਰ ਚੁੱਕੇ ਹੋ ਔਰ ਕਿੰਨੇ ਸਾਲਾਂ ਤੋਂ ਇਹ ਪੇਸ਼ੈਂਟ ਜਿਹੜਾ ਲੋਕਾਂ ਨੇ ਕਿੰਨੀ ਜ਼ਿੰਦਗੀ ਦੇਣੀ ਆ, ਜਿਹੜਾ ਬੰਦਾ ਘਸੜ ਕੇ ਤੁਰਦਾ, ਜਿਹੜੇ ਬੰਦੇ ਦੀ ਜ਼ਿੰਦਗੀ ਆਉਣ ਲੱਗਦਾ ਹੁੰਦਾ ਬਿਲਕੁਲ ਮਿੱਟੀ ਹੈ, ਉਹਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਦੇ ਰਹੇ ਹੋ, ਕਿੰਨੇ ਸਾਲਾਂ ਤੋਂ ਦੇ ਰਹੇ ਹੋ? ਦੇਖੋ ਜੀ, ਮੈਂ ਜਿਹੜਾ ਔਰਥੋਨੋਮ ਹੋਸਪਿਟਲ ਸ਼ੁਰੂ ਕੀਤਾ ਸੀਗਾ, ਇਹਨੂੰ ਤਕਰੀਬਨ 17 ਸਾਲ ਹੋ ਗਏ ਨੇ ਹੁਣ ਕੰਮ ਕਰਦੇ ਹੋਏ। ਇਹਦੇ ਦੌਰਾਨ ਮੈਂ 25,000 ਦੇ ਕਰੀਬ ਓਪਰੇਸ਼ਨ ਕਰ ਚੁੱਕਿਆ, ਜਿਨ੍ਹਾਂ ਤੋਂ 19,000 ਜੁਆਇੰਟ ਰਿਪਲੇਸਮੈਂਟ ਓਪਰੇਸ਼ਨ। ਡਾਕਟਰ ਸਾਹਿਬ, ਗੋਡੇ ਬਦਲਣ ਦੀ ਜਿਹੜੀ ਨਵੀਂ ਟੈਕਨੀਕ ਹੈ, ਉਹ ਕਿਹੜੀ ਟੈਕਨੀਕ ਹੈ ਜਿਹੜੀ ਸਿਰਫ ਤੁਹਾਡੇ ਕੋਲ ਹੀ ਹੈ, ਉਹ ਕਿਸੇ ਕੋਲ ਹੋਰ ਨਹੀਂ ਹੈ? ਜਿਹੜੀ ਨੀ ਰਿਪਲੇਸਮੈਂਟ ਦੀ ਟੈਕਨੀਕ ਹੈ, ਗੋਡੇ ਬਦਲੀ ਕਰਨ ਦੀ ਜਿਹੜੀ ਸਭ ਤੋਂ ਮੋਸਟ ਐਡਵਾਂਸ ਟੈਕਨੀਕ ਹੈ, ਉਹ ਇੱਕ 4th ਜਨਰੇਸ਼ਨ ਨੈਵੀਗੇਸ਼ਨ ਕੰਪਿਊਟਰ ਅਸਿਸਟਡ ਸਰਜਰੀ ਹੁੰਦੀ, ਜਿਹਦੇ ਨਾਲ ਅਸੀਂ ਕੰਪਿਊਟਰ ਨਾਲ ਗੋਡਾ ਚੇਂਜ ਕਰਦੇ ਹਾਂ। ਦੂਜੀ ਟੈਕਨੀਕ ਹੈਗੀ ਜਿਹੜੀ ਆਈ ਨੀ ਰਿਪਲੇਸਮੈਂਟ ਹੈਗਾ, ਇਹ ਹੋਰ ਵੀ ਐਡਵਾਂਸ ਟੈਕਨੀਕ ਹੈ ਜਿਹੜੀ ਹਰ ਨੌਰਥ ਇੰਡੀਆ 'ਚ ਕਿਸੇ ਕੋਲ ਨਹੀਂ ਹੈ। ਇਹਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਸੈਂਸਰ ਲਗਾ ਕੇ ਅਤੇ ਆਈਪੈਡ ਨਾਲ ਅਸੀਂ ਮੋਨੀਟਰ ਕਰਦੇ ਹਾਂ, ਨੈੱਟ ਨਾਲ ਮੋਨੀਟਰ ਕਰਦੇ ਹਾਂ ਕਿ ਵੀ ਓਪਰੇਸ਼ਨ ਪੂਰਾ ਸਹੀ ਹੋ ਰਿਹਾ ਕਿ ਨਹੀਂ। ਤੀਜਾ ਜਿਹੜਾ ਹੈਗਾ ਆਕਸਫੋਰਡ ਨੀ ਰਿਪਲੇਸਮੈਂਟ ਹੈਗਾ, ਜਿਹੜਾ ਹੋਰ ਹਾਲੇ ਨੌਰਥ ਇੰਡੀਆ 'ਚ ਕਿਸੇ ਕੋਲ ਨਹੀਂ ਹੈ। ਚੌਥਾ ਗੋਲਡਨੀ ਸਰਜਰੀ ਹੈ, ਇਹ ਵੀ ਹਾਲੇ ਨੌਰਥ ਇੰਡੀਆ 'ਚ ਕਿਸੇ ਕੋਲ ਨਹੀਂ ਹੈ। ਸਰ, ਜਿੱਦਾਂ ਤੁਸੀਂ ਦੱਸਿਆ ਆਈ ਨੀ ਰਿਪਲੇਸਮੈਂਟ, ਇਹ ਕੀ ਹੁੰਦਾ ਹੈ ਜੀ? ਜਿੱਦਾਂ ਮੈਂ ਦੱਸਿਆ ਸੀ, ਆਈ ਨੀ ਰਿਪਲੇਸਮੈਂਟ ਹੈਗਾ ਕਿ ਅਸੀਂ ਸੈਂਸਰ ਫਿੱਟ ਕਰਦੇ ਹਾਂ ਗੋਡਿਆਂ 'ਚ। ਇਹ ਸੈਂਸਰ ਸਾਰੀ ਇਨਫੋਰਮੇਸ਼ਨ ਗੋਡਿਆਂ ਦੀ ਕਿੰਨੀ ਖਰਾਬੀ ਹੈ, ਕਿੰਨੀ ਬਿਮਾਰੀ ਹੈ, ਕਿੰਨਾ ਵਿੰਗਰ, ਇਹ ਆਈਪੈਡ ਨੂੰ ਦਿੰਦਾ ਹੈ। ਆਈਪੈਡ 'ਚ ਸਪੈਸ਼ਲ ਸੋਫਟਵੇਅਰ ਹੁੰਦਾ, ਨਾਲ ਨੈੱਟ ਨਾਲ ਇਹਨੂੰ ਅਸੀਂ ਮੋਨੀਟਰ ਕਰਦੇ ਹਾਂ, ਅਤੇ ਜਦੋਂ ਅਸੀਂ ਓਪਰੇਸ਼ਨ ਕਰ ਰਹੇ ਹੁੰਦੇ ਹਾਂ ਅਤੇ ਇਹ ਆਈਪੈਡ ਜਿਹੜਾ ਸੋਫਟਵੇਅਰ ਹੈ, ਇਹ ਸਾਨੂੰ ਦੱਸੀ ਜਾਂਦਾ ਕਿ ਵੀ ਤੁਹਾਡਾ ਇਹ ਓਪਰੇਸ਼ਨ ਬਿਲਕੁਲ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਸੋ ਇਹ 'ਚ ਫਾਇਦਾ ਹੁੰਦਾ, ਇੱਕ ਤਾਂ ਜਿਹੜਾ ਸਰਜਨ ਹੈਗਾ ਉਹ ਆਪ ਆਪਣੇ ਅੱਖਾਂ ਨਾਲ ਦੇਖ ਸਕਦਾ ਹੈ, ਪਲੱਸ ਜਿਹੜਾ ਬਹੁਤ ਹੀ ਬਰੀਕੀਆਂ ਵਾਲਾ ਹੁੰਦਾ ਹੈ ਉਹ ਸੋਫਟਵੇਅਰ ਤੁਹਾਨੂੰ ਗਾਈਡ ਕਰਦਾ ਹੈ ਇਸ ਓਪਰੇਸ਼ਨ ਬਾਰੇ। ਸੋ ਜਿਹੜਾ ਓਪਰੇਸ਼ਨ ਇਹਦੇ ਨਾਲ ਹੁੰਦਾ, ਇਹ ਪਰਫੈਕਟ ਹੁੰਦਾ, ਇਹਦੀ ਲਾਈਫ ਜ਼ਿਆਦਾ ਹੁੰਦੀ ਹੈ, ਇਹਦੇ ਐਂਗੂਲੇਸ਼ਨ ਅਲਾਈਨਮੈਂਟ ਇਹ ਬੈਟਰ ਹੁੰਦੀ ਹੈ, ਇਹ ਗੋਡਾ ਜ਼ਿਆਦਾ ਮੁੜਦਾ ਹੈ ਅਤੇ ਜ਼ਿਆਦਾ ਚੱਲਦਾ ਹੈ। ਦੱਸੋ, ਜਿਹੜੀ 4th ਜਨਰੇਸ਼ਨ ਨੈਵੀਗੇਸ਼ਨ ਸਿਸਟਮ ਹੈ, ਉਹ ਕੀ ਹੈ? ਇਹ ਵੀ ਇੱਕ ਸਪੈਸ਼ਲਾਈਜ਼ਡ ਟੈਕਨੀਕ ਹੈਗੀ ਗੋਡਾ ਚੇਂਜ ਕਰਨ ਦੀ। ਇਹਦੇ 'ਚ ਨੈਵੀਗੇਸ਼ਨ ਕੰਪਿਊਟਰ ਨਾਲ ਅਸੀਂ ਹੈਲਪ ਲੈਂਦੇ ਹਾਂ, ਕੰਪਿਊਟਰ ਦੀ ਹੈਲਪ ਲੈਂਦੇ ਹਾਂ ਗੋਡਾ ਚੇਂਜ ਕਰਨ 'ਚ। ਜਿਹੜਾ ਕੰਪਿਊਟਰ ਹੈਗਾ, ਇਹ ਵੀ ਉਨੀ ਬਰੀਕੀਆਂ ਨੂੰ ਦੇਖਦਾ ਹੈ ਓਪਰੇਸ਼ਨ ਦੀ ਅਤੇ ਸਾਨੂੰ ਗਾਈਡ ਕਰਦਾ, ਸਰਜਨ ਨੂੰ ਗਾਈਡ ਕਰਦਾ। ਜਿਹੜਾ ਕੰਪਿਊਟਰ ਸਿਸਟਮ ਸਾਡੇ ਕੋਲ ਹੈਗਾ 4th ਜਨਰੇਸ਼ਨ, ਇਹੀ ਕੰਪਿਊਟਰ ਸਿਸਟਮ ਹੁਣ ਜਰਮਨੀ 'ਚ ਹੈਗਾ, ਸਾਰੀ ਜਰਮਨੀ 'ਚ ਜਿੱਥੇ ਮੇਰੀ ਟ੍ਰੇਨਿੰਗ ਹੈ, ਜਿਹੜੇ ਵੀ 4-5 ਹੋਸਪਿਟਲ 'ਚ ਮੈਂ ਜਾਣਾ, ਉਹਨਾਂ ਕੋਲ ਸੇਮ ਮਾਡਲ, ਸੇਮ ਮਸ਼ੀਨ ਨੈਵੀਗੇਸ਼ਨ ਦੀ ਜਰਮਨੀ 'ਚ ਹੈ ਜਿਹੜੀ ਸਾਡੇ ਕੋਲ ਹੈਗੀ ਹੈ। ਅਸਾਂ ਅਸੀਂ ਸੁਣਿਆ ਕਿ ਤੁਸੀਂ ਜਿਹੜਾ ਅਗਰ ਗੋਡਾ ਪੂਰਾ ਨਹੀਂ ਬਦਲਣਾ ਤੇ ਉਹਦੇ ਵਿੱਚ ਵੀ ਮਤਲਬ ਉਹ ਗੋਡੇ ਨੂੰ ਵੀ ਸੈੱਟ ਕਰਕੇ ਦੁਬਾਰਾ ਤੋਂ ਮਤਲਬ ਉਹਨੂੰ। ਹਾਂਜੀ ਹਾਂਜੀ। ਸੋ ਇਹ ਇੱਕ ਖਾਸ ਓਪਰੇਸ਼ਨ ਹੈ, ਆਕਸਫੋਰਡ ਨੀ ਰਿਪਲੇਸਮੈਂਟ ਕਹਿੰਦੇ ਇਹਨੂੰ। ਇਹ 'ਚ ਹਾਫ ਨੀ ਜਾਂ 1/3 ਨੀ ਅਸੀਂ ਚੇਂਜ ਕਰਦੇ ਹਾਂ। ਇਹ ਵੀ ਓਪਰੇਸ਼ਨ ਜਿਹੜਾ ਏਸ਼ੀਆ ਦੇ ਸਭ ਤੋਂ ਜ਼ਿਆਦਾ ਸਾਡੇ ਹੋਸਪਿਟਲ 'ਚ ਹੁੰਦਾ ਅਤੇ ਇਹਦੇ ਨਾਲ ਜਿਹੜਾ ਗੋਡਾ ਪੂਰਾ ਜਿਹੜਾ ਖਰਾਬ ਨਹੀਂ ਹੈ ਏਰੀਆ ਉਹ ਨੈਚੁਰਲ ਰਹਿੰਦਾ ਅਤੇ ਜਿਹੜਾ ਏਰੀਆ ਖਰਾਬ ਹੈ ਉਹਨੂੰ ਅਸੀਂ ਚੇਂਜ ਕਰ ਦਿੰਦੇ ਹਾਂ। ਉਹਦੇ ਵੀ ਰਿਜ਼ਲਟ ਬੜੇ ਵਧੀਆ ਨੇ ਅਤੇ ਉਹ ਗੋਡਾ ਬੜਾ ਕਾਰਗਰ ਸਾਬਿਤ ਹੋਇਆ। ਤੁਸੀਂ ਸੁਣਿਆ ਵੀ ਜੇ ਘੁੱਟਣੇ ਬਦਲ ਜਾਂਦੇ ਆ ਉਸ ਤੋਂ ਬਾਅਦ ਇਹ 'ਚ ਬੰਦਾ ਜਿਹੜਾ ਚੌਂਗੜੀ ਵਗੈਰਾ ਮਾਰ ਕੇ ਨਹੀਂ ਬਹਿ ਸਕਦਾ, ਮਤਲਬ ਉਹ ਆਪਣੀ ਪੁਰਾਣੀ ਨੋਰਮੇਸੀ ਨਹੀਂ ਮੇਨਟੇਨ ਕਰ ਸਕਦਾ? ਨਹੀਂ, ਇਹੋ ਜਿਹੀ ਗੱਲ ਨਹੀਂ ਹੈ। ਜਿਹੜੇ ਸਾਡੇ ਪੇਸ਼ੈਂਟਸ ਨੇ ਤਕਰੀਬਨ 90-95% ਚੌਂਕੜੀ ਮਾਰ ਸਕਦੇ ਹਾਂ, ਪਰ ਅਸੀਂ ਸਭ ਨੂੰ ਇਹ ਦੱਸਦੇ ਹਾਂ ਕਿ ਚੌਂਕੜੀ ਡੇਲੀ ਨਹੀਂ ਮਾਰਨੀ, ਹਫ਼ਤੇ 'ਚ ਮਹੀਨੇ 'ਚ 1 ਜਾਂ 2 ਵਾਰੀ ਮਾਰ ਸਕਦੇ ਹੋ। ਜੇ ਤੁਸੀਂ ਡੇਲੀ ਮਾਰੋਗੇ ਤਾਂ ਉਹਦੀ ਬੁਨਿਆਦ ਘੱਟਦੀ ਜਾਂਦੀ, ਜਿਹੜੇ ਗੋਡੇ ਅਸੀਂ ਪਾਉਂਦੇ ਹਾਂ ਉਹਦੀ ਬੁਨਿਆਦ ਘੱਟਦੀ ਜਾਂਦੀ ਹੈ। ਸਰ, ਅਸੀਂ ਸੁਣਿਆ ਕਿ ਜਿਹੜੇ ਤੁਹਾਡੇ ਅੱਜ ਕੱਲ੍ਹ ਆਪਰੇਸ਼ਨ ਹੋ ਰਹੇ ਨੇ ਉਹਦੇ 'ਚ ਫਿਜ਼ੀਓਥਰੈਪੀ ਦੀ ਵੀ ਨਹੀਂ ਲੋੜ ਪੈਂਦੀ, ਉਹ ਕਿੱਦਾਂ ਤੁਸੀਂ ਮੈਨੇਜ ਕਰਦੇ? ਤੁਸੀਂ ਦੁਨੀਆਂ 'ਚ ਜਿੱਥੇ ਮਰਜ਼ੀ ਆਪਣਾ ਗੋਡਾ ਚੇਂਜ ਕਰਾਉਂਗੇ ਤਾਂ 3 ਮਹੀਨੇ ਗੋਡਾ ਚੇਂਜ ਕਰਨ ਦੇ ਬਾਅਦ ਤੁਹਾਨੂੰ ਕੋਈ ਫਿਜ਼ੀਓਥੈਰੇਪਿਸਟ ਰੱਖਣਾ ਪੈਣਾ ਜਾਂ ਤੁਸੀਂ ਤੁਹਾਨੂੰ ਫਿਜ਼ੀਓਥੈਰੇਪੀ ਸੈਂਟਰ 'ਚ ਜਾਣਾ ਪਏਗਾ, ਜਿੱਥੇ ਤੁਹਾਡਾ 1-2 ਘੰਟੇ ਤੁਹਾਨੂੰ ਫਿਜ਼ੀਓਥੈਰੇਪੀ ਕਰਨੀ ਪਏਗੀ, ਜੋ ਬੜੀ ਪੇਨਫੁਲ, ਬੜੀ ਦਰਦਨਾਕ ਹੁੰਦੀ ਹੈ, ਅਤੇ ਖਰਚਾ ਵੀ ਉਹਨਾਂ 20-30,000 ਰੁਪਏ ਮਹੀਨਾ ਤੁਹਾਡਾ ਜ਼ਾਇਆ ਹੋਣਾ ਹੀ ਹੋਣਾ ਹੈ। ਜਿਹੜੀ ਟੈਕਨੀਕ ਮੈਂ ਯੂਜ਼ ਕਰਦਾ ਇਹਦੇ 'ਚ ਕੋਈ ਫਿਜ਼ੀਓਥੈਰੇਪੀ ਨਹੀਂ ਹੈ, 99% ਜੋ ਪੇਸ਼ੈਂਟ ਹੈਗੇ ਉਹ ਵਿਦਾਊਟ ਫਿਜ਼ੀਓਥੈਰੇਪੀ ਰਿਕਵਰ ਕਰਦੇ ਨੇ। ਅਸੀਂ 4th ਦਿਨ ਛੁੱਟੀ ਕਰਦੇ ਹਾਂ ਹਸਪਤਾਲ ਤੋਂ, ਅਤੇ 4th ਦਿਨ ਇਹਨਾਂ ਨੂੰ ਸਿਰਫ ਇੰਸਟਰਕਸ਼ਨ ਦੀ ਪੇਸ਼ੈਂਟ ਨੂੰ ਕਿ ਸਾਈਕਲਿੰਗ ਕਰਨੀ ਹੈ ਅਤੇ ਸੈਰ ਕਰਨੀ ਹੈ, ਹਲਕੀ ਫੁਲਕੀ ਐਕਸਰਸਾਈਜ਼ ਆਪੇ ਕਰਨੀ ਹੈ, ਕੋਈ ਫਿਜ਼ੀਓਥੈਰੇਪੀ ਦੀ ਲੋੜ ਨਹੀਂ ਹੈ। ਮੇਰੇ ਖਿਆਲ ਮੇਰੇ ਲਾਸਟ ਜਿਹੜੇ 15,000 ਮੈਂ ਗੋਡੇ ਚੇਂਜ ਕੀਤੇ ਉਹਨੇ, ਕਿਸੇ ਨੂੰ ਮੈਂ ਕੋਈ ਫਿਜ਼ੀਓਥੈਰੇਪੀ ਦੀ ਐਡਵਾਈਸ ਨਹੀਂ ਕੀਤੀ। ਦੱਸ, ਤੁਹਾਡੇ ਕੋਲ ਇੱਕ ਇਹੋ ਜਿਹੀ ਟੈਕਨੀਕ ਹੈ ਜਿਹ 'ਚ, ਕਿਉਂਕਿ ਬੰਦੇ ਨੂੰ ਲੱਗਦਾ ਹੁੰਦਾ ਕਿ ਸਾਡੇ ਪੇਰੈਂਟਸ ਏਜਡ ਹੋ ਗਏ, ਇਹਨਾਂ ਦੀ ਏਜ 80 ਹੋ ਗਈ ਜਾਂ 75 ਹੋ ਗਈ, ਉਦੋਂ ਬਾਅਦ 'ਚ ਗੋਡੇ ਕਿਉਂਕਿ ਉਹ ਵਿਚਾਰੇ ਘਸੜਦੇ ਹੀ ਮਰ ਜਾਂਦੇ ਆ, ਅਤੇ ਅਸੀਂ ਸੁਣਿਆ ਕਿ ਤੁਹਾਡੇ ਹੋਸਪਿਟਲ 'ਚ ਤਾਂ ਇਹੋ ਜਿਹੀਆਂ ਚੀਜ਼ਾਂ ਵੀ ਜਿਹੜਾ ਤੁਸੀਂ ਵੱਧ ਤੋਂ ਵੱਧ ਉਮਰ ਵਾਲੇ ਔਰ ਛੋਟੇ ਤੋਂ ਛੋਟੇ ਜਿਹੜੇ ਹੈਗੇ ਉਹਨਾਂ ਦੇ ਵੀ ਇਹ ਰਿਪਲੇਸਮੈਂਟ ਕਰਦੇ? ਜਿਹੜਾ ਤਾਂ ਅਸੀਂ ਘੱਟ ਉਮਰ ਵਾਲਾ ਰਿਪਲੇਸਮੈਂਟ ਕਰਦੇ ਹਾਂ, ਉਹਦੇ 'ਚ ਅਸੀਂ ਸਪੈਸ਼ਲ ਪ੍ਰੋਡਕਟ ਯੂਜ਼ ਕਰਦੇ ਹਾਂ ਜਿਨ੍ਹਾਂ ਦੀ ਲਾਈਫ ਬੜੀ ਜ਼ਿਆਦਾ ਹੁੰਦੀ ਹੈ, 30-35 ਸਾਲ ਉਹ ਗੋਡੇ ਚੱਲਦੇ ਨੇ। ਜਿਹੜੀ ਹਾਈ ਏਜ ਵਾਲੇ ਹੁੰਦੇ ਜਿਹਨਾਂ
ਉਹਨਾਂ 'ਚ ਅਸੀਂ ਸਪੈਸ਼ਲ ਟੈਕਨੀਕ ਹੈਗੀ ਜਿਹ 'ਚ ਅਸੀਂ ਟਾਈਮ ਬਹੁਤ ਘੱਟ ਲੈਂਦੇ ਹਾਂ ਜਾਂ ਜਿਹਨਾਂ ਦਾ ਹਾਰਟ ਪੂਰਾ ਕੰਮ ਨਹੀਂ ਕਰਦਾ, ਉਹ 'ਚ ਸਾਡੀ ਟੈਕਨੀਕ ਹੈਗੀ ਹੈ ਅਸੀਂ 6-7 ਮਿੰਟ 8 ਮਿੰਟ 'ਚ ਅਸੀਂ ਓਪਰੇਸ਼ਨ ਕਰਦੇ ਹਾਂ ਤਾਂ ਕਿ ਰਿਸਕ ਘੱਟ ਜਾਏ, ਹਾਰਟ 'ਤੇ ਲੋਡ ਘੱਟ ਜਾਏ। ਜਿੰਨਾ ਮੈਨੂੰ ਯਾਦ ਹੈ ਜਿਹੜਾ ਮੈਂ ਸਭ ਤੋਂ ਜਿਹਦੀ ਉਮਰ ਜ਼ਿਆਦਾ ਹੈਗੀ, ਚੂਲਾ ਮੈਂ ਚੇਂਜ ਕੀਤਾ 105 ਸਾਲ ਦੇ ਬਜ਼ੁਰਗ ਦਾ ਚੂਲਾ ਚੇਂਜ ਕੀਤਾ, ਅਤੇ ਜਿਹੜਾ ਮੈਂ ਗੋਡਾ ਚੇਂਜ ਕੀਤਾ ਉਹ 97 ਸਾਲ ਦੇ ਬਜ਼ੁਰਗ ਦਾ ਮੈਂ ਗੋਡਾ ਚੇਂਜ ਕੀਤਾ। ਤਾਂ ਸਰ ਕੀ ਸਾਡੇ ਦਰਸ਼ਕਾਂ ਨੂੰ ਤੁਹਾਡਾ ਮੈਸੇਜ ਰਹੇਗਾ, ਕਿਉਂਕਿ ਅੱਜ ਹਰ ਘਰ ਦੇ ਵਿੱਚ ਦਾਦੀ ਆ ਜਾਂ ਮਾਂ, ਉਹਨਾਂ ਦੇ ਗੋਡਿਆਂ ਦੀ ਜਿਹੜੀ ਤਕਲੀਫ ਬੜੀ ਵੱਧ ਰਹੀ ਆ ਔਰ ਕਸਰ ਘਟ ਕੇ ਦੁੱਖ ਚੱਲ ਰਹੇ ਨੇ, ਔਰ ਉਹਨਾਂ ਨੂੰ ਬੜਾ ਡਰ ਲੱਗਦਾ ਵੀ ਯਾਰ ਅਸੀਂ ਗੋਡਾ ਬਦਲਾ ਲਾਂਗੇ, ਪਤਾ ਨਹੀਂ ਅਸੀਂ ਵੈਸੇ ਸਾਨੂੰ ਕੁਝ ਹੋ ਜੂਗਾ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਸਾਡੇ ਚੈਨਲ ਦੇ ਮਾਧਿਅਮ ਦੇਖ ਰਹੇ? ਮੈਂ ਮੇਨ ਤਾਂ ਇਹੀ ਦੱਸਣਾ ਚਾਹੁੰਦਾ ਕਿ ਜਦ ਤੱਕ ਤੁਸੀਂ ਓਪਰੇਸ਼ਨ ਅਵੋਇਡ ਕਰ ਸਕਦੇ ਹੋ ਇਹ ਅਵੋਇਡ ਕਰਨਾ ਚਾਹੀਦਾ, ਐਕਸਰਸਾਈਜ਼ ਫਿਜ਼ੀਓਥੈਰੇਪੀ ਨਾਲ ਜੇ ਕੰਮ ਚੱਲਦਾ ਉਹਦੇ 'ਚ ਚਲਾਈ ਜਾਓ। ਜੇ ਬਿਲਕੁਲ ਹੀ ਗੋਡੇ ਰਹਿ ਜਾਣ ਜਾਂ ਫਿਰ ਦਵਾਈਆਂ ਖਾਣ ਦੀ ਬਹੁਤ ਜ਼ਿਆਦਾ ਲੋੜ ਪੈ ਰਹੀ ਹੈ ਤਾਂ ਤੁਹਾਨੂੰ ਗੋਡਿਆਂ ਦਾ ਓਪਰੇਸ਼ਨ ਕਰਨਾ ਚਾਹੀਦਾ, ਅਤੇ ਇਹ ਬੜਾ ਸਕਸੈਸਫੁਲ ਓਪਰੇਸ਼ਨ ਹੈ, 99.7% 8% ਸਕਸੈਸ ਰੇਟ ਹੈ ਕਿਸੇ ਚੰਗੇ ਹਸਪਤਾਲ 'ਚ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਜ਼ਰੂਰੀ ਸਮਝ